ਬਾਬਰੀ ਜਲੰਧਰੀ ਨੇ ਇੱਕ ਤਾਜ਼ਾ ਬਿਆਨ ਜਾਰੀ ਕੀਤਾ ਹੈ ਜਿਸ 'ਚ ਉਹਨਾਂ ਨੇ ਦੱਸਿਆ ਹੈ ਕਿ ਤਹਿਰੀਕੇ ਆਜ਼ਾਦੀ ਦੇ ਹੀਰੋ ਭਗਤ ਸਿੰਘ ਦੇ ਜੱਦੀ ਘਰ ਨੂੰ ਸੁਰੱਖਿਅਤ ਬਣਾਉਣ ਲਈ ਕਾਇਮ ਕਮੇਟੀ ਜਲਦੀ ਫੈਸਲਾਬਾਦ ਦੇ ਨੁਮਾਈ ਇਲਾਕਾ 105 ਦੇ ਬੰਗਾ ਪਿੰਡ ਦਾ ਦੌਰਾ ਕਰੇਗੀ ਜਿਸ ਤੋਂ ਬਾਅਦ ਭਗਤ ਸਿੰਘ ਦੇ ਘਰ ਨੂੰ ਕੌਮੀ ਵਿਰਸਾ ਯਾਨੀ ਕਿ ਨੈਸ਼ਨਲ ਹੈਰੀਟੇਜ ਦਾ ਦਰਜਾ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਇਸ ਘਰ ਨੂੰ ਕੌਮੀ ਵਿਰਸੇ ਵਜੋਂ ਬਹਾਲ ਕਰਨ ਲਈ ਟੂਰਿਜ਼ਮ ਵਿਭਾਗ ਦੇ ਅਫਸਰਾਂ ਅਤੇ ਕਦੀਮਾਂ ਵੱਲੋਂ ਇਸ ਘਰ ਦੀ ਬਣਾਵਟ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਨਕਸ਼ੇ ਤਿਆਰ ਕੀਤੇ ਜਾਣਗੇ ਉਹਨਾਂ ਨੇ ਦੱਸਿਆ ਕਿ ਇਸ ਘਰ ਦੇ ਮਾਲਕ ਕੋਲੋਂ ਇਸ ਬਾਰੇ ਇਜਾਜ਼ਤ ਲੈ ਲਈ ਗਈ ਹੈ ਉੱਥੇ ਉਹਨਾਂ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਡਾਕਟਰ ਅਫਜ਼ਲ ਖਾਨ ਨੇ ਦੱਸਿਆ ਹੈ ਕਿ ਉਹਨਾਂ ਦੀ ਟੀਮ ਵੱਲੋਂ ਜਲਦੀ ਭਗਤ ਸਿੰਘ ਦੇ ਘਰ ਦਾ ਦੌਰਾ ਕੀਤਾ ਜਾਵੇਗਾ ਅਤੇ ਇਸ ਗੱਲ ਦਾ ਜਾਇਜ਼ਾ ਲਿਆ ਜਾਵੇਗਾ ਕਿ ਭਗਤ ਸਿੰਘ ਦਾ ਘਰ ਕਿਸ ਕਦਰ ਆਪਣੀ ਅਸਲੀ ਹਾਲਾਤ ਵਿੱਚ ਮੌਜੂਦ ਹੈ ਉਹਨਾਂ ਦੱਸਿਆ ਕਿ ਘਰ ਨੂੰ ਕੌਮੀ ਵਿਰਸਾ ਐਲਾਨ ਦੇਣ ਤੋਂ ਬਾਅਦ ਇਸ ਗੱਲ ਦੀ ਬਹਾਲੀ ਕੌਮੀ ਅਧਿਕਾਰ ਵਿੱਚ ਲੈਣਾ ਜ਼ਰੂਰੀ ਨਹੀਂ ਹੈ ਘਰ ਦਾ ਮਾਲਕ ਉਸ ਘਰ ਵਿੱਚ ਰਹਿ ਸਕਦਾ ਹੈ ਪਰ ਪੁਰਾਣੀ ਇਮਾਰਤ ਦੇ ਢਾਂਚੇ ਜਾਂ ਨਕਸ਼ੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕਰ ਸਕੇਗਾ ਜੇਕਰ ਘਰ ਦਾ ਮਾਲਕ ਘਰ ਨੂੰ ਤੋੜਨ ਜਾਂ ਇਸ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਆਪਣੀ ਤਹਿਵੀਲ ਵਿੱਚ ਲਿਆ ਜਾਵੇਗਾ ਉੱਥੇ ਘਰ ਦੇ ਮਾਲਕ ਚੌਧਰੀ ਰਹਿਮਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਇਸ ਘਰ ਨੂੰ ਕੌਮੀ ਵਿਰਸੇ ਵਜੋਂ ਐਲਾਨ ਦੇਣ ਲਈ ਸਹਿਮਤ ਹੈ ਅਤੇ ਉਹਨਾਂ ਨੂੰ ਘਰ ਤੇ ਲਾਗੂ ਹੁੰਦੀਆਂ ਸਾਰੀ ਸ਼ਰਤਾਂ ਵੀ ਮਨਜ਼ੂਰ ਨੇ ਉਹਨਾਂ ਨੇ ਦੱਸਿਆ ਕਿ ਭਗਤ ਸਿੰਘ ਦੇ ਘਰ ਦੇ ਦੋ ਕਮਰੇ ਛੱਤਾਂ ਅਤੇ ਬਰਤਨ ਉਸੇ ਤਰ੍ਹਾਂ ਹੀ ਸੁਰੱਖਿਅਤ ਬਹਾਲ ਨੇ ਜਿਸ ਤਰ੍ਹਾਂ ਉਸ ਸਮੇਂ ਸਨ ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਸਿੱਖ ਸੰਗਤਾਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿਖੇ ਜਾਂਦੀਆਂ ਨੇ ਅਤੇ ਉੱਥੇ ਜਾ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੀਆਂ ਨੇ ਭਗਤ ਸਿੰਘ ਦਾ ਖਾਨਦਾਨ ਵੀ ਇਸ ਗੱਲ ਤੋਂ ਖੁਸ਼ ਹੈ ਕਿ ਉਹ ਉਸ ਘਰ ਵਿੱਚ ਰਹਿ ਰਹੇ ਨੇ ਜਿੱਥੇ ਭਗਤ ਸਿੰਘ ਰਹਿੰਦੇ ਸਨ ਉਹਨਾਂ ਨੇ ਕਿਹਾ ਕਿ 2014 'ਚ ਭਗਤ ਸਿੰਘ ਦੇ ਘਰ ਨੂੰ ਜ਼ਿਲ੍ਹਾ ਹਕੂਮਤ ਨੇ ਕੌਮੀ ਵਿਰਸਾ ਕਰਾਰ ਦਿੱਤਾ ਸੀ ਪਰ ਹੁਣ ਸੂਬਾਈ ਹਕੂਮਤ ਵੱਲੋਂ ਵੀ ਘਰ ਦੀ ਬਹਾਲੀ ਦਾ ਬੀੜਾ ਚੁੱਕਿਆ ਗਿਆ ਹੈ ਸਿਮਰਨ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦ ਟੀਵੀ ਐਨ ਆਰ ਆਈ